ਸਵਾਗਤ ਹੈ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮਹਾਤਮਾ ਬੁੱਧ ਦੀਆਂ ਸੁਖਮਤਾਈਆਂ 9th ਕਲਾਸ ਦੀ ਸਾਹਿਤਿਕ ਕਿਰਨਾ ਬੁੱਕ ਦੇ ਵਿੱਚ ਦਰਜ ਹੈ ਜੀ ਪਾਠ ਗੁਰਨਾਮ ਸਿੰਘ ਤੀਰ ਦੀ ਰਚਨਾ ਕਵੀ ਦੇ ਬਾਰੇ ਜਾਣਕਾਰੀ ਪੜਦਿਆਂ ਜੀ ਸੰਖੇਪ ਦੇ ਵਿੱਚ ਗੁਰਨਾਮ ਸਿੰਘ ਤੀਰ ਦਾ ਜਨਮ 30 ਜੂਨ 1930 ਈਸਵੀ ਨੂੰ ਪਿੰਡ ਕੋਟ ਸੁਖੀਆ ਫਰੀਦਕੋਟ ਪੰਜਾਬ ਦੇ ਵਿੱਚ ਹੋਇਆ ਪਿਤਾ ਦਾ ਨਾਮ ਹੈ ਜੀ ਇਹਨਾਂ ਦਾ ਆਨੰਦ ਸਿੰਘ ਬਰਾੜ ਤੇ ਮਾਤਾ ਜੀ ਦਾ ਨਾਮ ਹੈ ਆਸਕੋਰ ਆਪਨੇ ਵਿੰਗਾਤਮਕ ਨਿਵੰਦਨ ਦੇ ਖੇਤਰ ਵਿੱਚ ਚੰਗਾ ਨਾਮ ਖੱਟਿਆ ਸਤਹੀ ਹਾਸੇ ਤੋਂ ਪਾਰ ਜਾ ਕੇ ਦਿਲ ਦੀਆਂ ਡੂੰਘਾਂ ਨਾ ਤੱਕ ਜ਼ਖਮ ਲਗਾਉਂਦੀ ਕਟਾਕਸ਼ੀ ਨਸ਼ਤਰ ਉਹਨਾਂ ਦੀਆਂ ਲਿਖਤਾਂ ਦਾ ਮੀਰੀ ਗੁਣ ਹੈ ਉਹਨਾਂ ਦੇ ਵਿਸ਼ੇ ਆਮ ਤੌਰ ਤੇ ਸਮਾਜਿਕ ਰਾਜਸੀ ਧਾਰਮਿਕ ਅਤੇ ਆਰਥਿਕ ਸਮੱਸਿਆ ਨੂੰ ਵਿੰਗਾਤਮਕ ਢੰਗ ਨਾਲ ਪੇਸ਼ ਕਰਕੇ ਹਾਸ ਰਸ ਪੈਦਾ ਕਰਦੇ ਨੇ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਸੰਸਾਰ ਦੇ ਮੰਨੇ ਪਰਮੰਨੇ ਧਰਮਾਂ ਦੇ ਸੁਖਮਹਾਸ ਵਿਅੰਗ ਨੂੰ ਵੀ ਪੇਸ਼ ਕੀਤਾ ਹੈ। ਉਹਨਾਂ ਧਰਮਾਂ ਦੇ ਮਹਾਨ ਉਪਦੇਸ਼ ਜਿਵੇਂ ਆਪਣੇ ਆਪ ਨੂੰ ਧਰਮੀ ਕਹਿਣ ਦੇ ਬਾਵਜੂਦ ਸਾਰੇ ਧੰਦੇ ਅਧਰਮ ਦੇ ਕਰਨ ਵਾਲੇ ਮਨੁੱਖਾਂ ਆਦ ਨੁਕਤਿਆਂ ਨੂੰ ਛੋਹਿਆ। ਗੁਰਨਾਮ ਸਿੰਘ ਤੀਰ ਸਪਤਾਹਿਕ ਕਾਲ ਮੈਜਿਕ ਚਾਚਾ ਚੰਡੀਗੜੀਆ ਵੀ ਲਿਖਦੇ ਨੇ। ਉਹ ਇਕਲੈਖਕ ਵਕੀਲ ਪੱਤਰਕਾਰ ਸੀਨੀਅਰ ਅਕਾਲੀ ਨੇਤਾ ਵੀ ਸਨ। 15 ਅਪ੍ਰੈਲ 1991 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ ਜੀ ਅਕਲ ਜਾੜ ਗੁੜਤੀ ਅੱਧੀ ਰਾਤ ਦੀਆਂ ਹਾਕਾਂ ਚਾਚਾ ਚੰਡੀਗੜੀਆ ਆਰਟਿਸਟ ਬੋਲਿਆ ਮੈਨੂੰ ਮੇਥੋਂ ਬਚਾਓ ਮਿੱਠੀਆਂ ਪੀੜਾਂ ਦਿੱਲੀ ਦੀ ਵਕੀਲ ਕੁੜੀ ਗੁੰਝਲਾ ਛੂ ਮੰਤਰ ਨੀਰੀ ਫੜ ਹੱਸਦਾ ਪੰਜਾਬ ਹੱਸਦੀ ਦੁਨੀਆ ਵਾਹ ਪਿਆ ਜਾਣੀ ਹੈ ਤਾਂ ਇਹ ਜੋ ਬੁੱਕ ਦੇ ਵਿੱਚ ਪਾਠ ਦਰਜ ਹੈ ਇਹ ਹੈ ਮਹਾਤਮਾ ਬੁੱਧ ਦੀਆਂ ਸੁਖਮਤਾਈਆਂ ਪਹਿਲਾਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਹਦੀ ਟਿੱਪਣੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੀ ਟਿੱਪਣੀ ਦੇ ਵਿੱਚ ਵੀ ਜੋ ਪਾਠ ਦੇ ਬਾਰੇ ਬਹੁਤ ਵਧੀਰੀ ਵਧੀਆ ਢੰਗ ਦੇ ਨਾਲ ਸਮਝ ਆ ਜਾਂਦੀ ਹੈ ਇਹ ਨੀਤੀ ਬਚਨਾਂ ਉੱਤੇ ਆਧਾਰਿਤ ਹਾਸ ਵਿਅੰਗ ਹੈ ਇਸ ਵਿੱਚ ਮਹਾਤਮਾ ਬੁੱਧ ਦਾ ਸੁਖਮ ਹਾਸ ਵਿਅੰਗ ਹੈ ਉਹ ਨਿਮੀ ਨਿਮੀ ਤੇ ਸੁਖਮ ਮੁਸਕਰਾਹਟ ਨਾਲ ਜ਼ਿੰਦਗੀ ਦੀਆਂ ਵੱਡੀਆਂ ਵੱਡੀਆਂ ਸਚਾਈਆਂ ਨਿਖਾਰ ਕੇ ਰੱਖ ਦਿੰਦੇ ਨੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਕੁਝ ਨਵਾਂ ਕਰਨ ਵਾਲਿਆਂ ਜਾਂ ਫੜਾ ਮਾਰਨ ਵਾਲਿਆਂ ਨੂੰ ਉਹਨਾਂ ਨੇ ਬਹੁਤ ਸਹਜਤਾ ਦੇ ਨਾਲ ਸਮਝਾਇਆ ਹੈ। ਲੇਖਕ ਨੇ ਮੂਰਖ ਤੇ ਬੁੱਧੀਮਾਨ, ਗਿਆਨੀ ਤੇ ਅਗਿਆਨੀ, ਮਾੜੇ ਤੇ ਚੰਗੇ ਵਿਚਾਰ ਵਿਚਕਾਰ ਫਰਕ ਨੂੰ ਮਹਾਤਮਾ ਬੁੱਧ ਦੇ ਬਚਨਾਂ ਰਾਹੀਂ ਬੜੀ ਸਰਲਤਾ ਦੇ ਨਾਲ ਸੰਖੇਪ ਟੰਗ ਦੇ ਨਾਲ ਸਮਝਾਇਆ ਹੈ। ਤਾਂ ਗੁਰਨਾਮ ਸਿੰਘ ਤੀਰ ਦਾ ਜੋ ਇਹ ਪਾਠ ਹੈ ਉਹ ਵਿੰਗਾਤਮਕ ਸ਼ੈਲੀ ਵਿੱਚ ਉਹਨਾਂ ਨੇ ਇਸ ਲੇਖ ਦੀ ਰਚਨਾ ਕੀਤੀ ਹੈ। ਸ਼ੁਰੂ ਕਰਦੇ ਹਾਂ ਜੀ ਪਾਠ ਮਹਾਤਮਾ ਬੁੱਧ ਕਹਿ ਕਹਿ ਮਾਰ ਕੇ ਹੱਸਣ ਦੇ ਆਦੀ ਨਹੀਂ ਸਨ। ਕਹਿ ਕਹਿ ਦਾ ਮਤਲਬ ਹੈ ਜੀ ਉੱਚੀ ਉੱਚੀ ਨਿਮੀ ਨਿਮੀ ਤੇ ਸੁਖਮ ਮੁਸਕਰਾਹਟ ਨਾਲ ਕਈ ਵਾਰ ਜ਼ਿੰਦਗੀ ਦੀਆਂ ਵੱਡੀਆਂ ਵੱਡੀਆਂ ਸੱਚਾਈਆਂ ਨਿਖਰ ਕੇ ਨਿਖਾਰ ਕੇ ਰੱਖ ਦਿੰਦੇ ਹਨ। ਹਲਕੀ ਹਲਕੀ ਹਾਸੇ ਦੇ ਨਾਲ ਆਪਾਂ ਕਈ ਵਾਰ ਜ਼ਿੰਦਗੀ ਦੀਆਂ ਵੱਡੀਆਂ ਵੱਡੀਆਂ ਸੱਚਾਈਆਂ ਨਿਖਰ ਜਾਂਦੀਆਂ ਨੇ। ਤਾਂ ਮਹਾਤਮਾ ਬੁੱਧ ਦੇ ਸਮੇਂ ਜਿਸ ਸਮੇਂ ਮਹਾਤਮਾ ਬੁੱਧ ਹੋਏ ਨੇ ਲੇਖਕ ਉਹਨਾਂ ਸਮੇਂ ਦੀ ਗੱਲ ਕਰ ਰਿਹਾ ਹੈ ਕੁਝ ਆਦਮੀ ਆਪਣੇ ਆਪ ਨੂੰ ਕਸ਼ਟ ਦੇਣ ਦੇ ਵਿੱਚ ਮਹਾਨਤਾ ਸਮਝਦੇ ਸੀ ਮਹਾਤਮਾ ਬੁੱਧ ਨੇ ਵੀ ਸ਼ੁਰੂ-ਸ਼ੁਰੂ ਦੇ ਵਿੱਚ ਇੰਨਾ ਵਾਲਾ ਅਭਿਆਸ ਕੀਤਾ ਪਰੰਤੂ ਬਾਅਦ ਦੇ ਵਿੱਚ ਉਹਨਾਂ ਨੇ ਸਰੀਰ ਨੂੰ ਕਸ਼ਟ ਦੇਣ ਦਾ ਅਭਿਆਸ ਛੱਡਤਾ ਤਾਂ ਕਹਿੰਦੇ ਇੱਕ ਵਾਰ ਮਹਾਤਮਾ ਬੁੱਧ ਨੂੰ ਇੱਕ ਅਜਿਹਾ ਬੰਦਾ ਮਿਲਿਆ ਜਿਨੇ ਮਹਾਤਮਾ ਬੁੱਧ ਨੂੰ ਬੜੇ ਫਖਰ ਦੇ ਨਾਲ ਬੜੇ ਮਾਣ ਦੇ ਨਾਲ ਕਿਹਾ ਕਹਿੰਦੇ ਮਹਾਤਮਾ ਜੀ ਮੈਂ 25 ਸਾਲਾਂ ਦੇ ਅਭਿਆਸ ਦੇ ਬਾਅਦ ਇੰਨੀ ਯੋਗਤਾ ਪ੍ਰਾਪਤ ਕੀਤੀ ਹੈ ਕਿ ਮੈਂ ਦਰਿਆ ਦੇ ਪਾਣੀ ਤੇ ਤੁਰ ਸਕਦਾ ਤਾਂ ਉਸ ਵਿਅਕਤੀ ਨੇ ਕਿਹਾ ਕਿ ਮੈਂ 25 ਸਾਲਾਂ ਦੇ ਅਭਿਆਸ ਤੋਂ ਬਾਅਦ ਇੰਨੀ ਯੋਗਤਾ ਪ੍ਰਾਪਤ ਕੀਤੀ ਹੈ ਕਿ ਮੈਂ ਦਰਿਆ ਦੇ ਪਾਣੀ ਤੇ ਤੁਰ ਸਕਦਾ ਤਾਂ ਮਹਾਤਮਾ ਬੁੱਧ ਮੁਸਕਰਾਏ ਕਹਿਣ ਲੱਗੇ ਭਾਈ ਤੂੰ ਤਾਂ ਫਿਰ ਜ਼ਿੰਦਗੀ ਦੇ 25 ਬਰੇ ਗਵਾ ਕੇ ਰੱਖਦੇ 25 ਸਾਲ ਤੇ ਨੇ ਜ਼ਿੰਦਗੀ ਦੇ ਆਪਣੇ ਖਰਾਬ ਕਰਤੇ ਇਸ ਸਮਾਂ ਤੈਨੂੰ ਕਿਸੇ ਚੰਗੇ ਲੇਖੇ ਲਾਣਾ ਚਾਹੀਦਾ ਸੀ ਕਿਸ਼ਤੀ ਵਾਲੇ ਨੂੰ 1% ਦੇ ਕੇ ਦਰਿਆ ਦਾ ਪਾਣੀ ਤਾਂ ਤੂੰ 2-4 ਮਿੰਟ ਵਿੱਚ ਹੀ ਟੱਪ ਸਕਦਾ ਸੀ ਠੀਕ ਹੈ ਜੀ ਕਹਿੰਦੇ ਜਿਹੜਾ ਕੰਮ ਤੂੰ 2-4 ਮਿੰਟ ਦੇ ਵਿੱਚ ਕਰ ਸਕਦਾ ਸੀ ਉਹਦੇ ਉੱਪਰ ਤੈਨੇ ਆਪਣੀ ਜ਼ਿੰਦਗੀ ਦੇ ਕੀਮਤੀ 25 ਸਾਲ ਕਿਉਂ ਖਰਾਬ ਕੀਤੇ ਆਪਣੇ ਆਪ ਨੂੰ ਕਸ਼ਟ ਦੇਣ ਵਾਲੇ ਆਦਮੀਆਂ ਬਾਰੇ ਮਹਾਤਮਾ ਬੁੱਧ ਦੇ ਇੱਕ ਬੰਦੂ ਨੇ ਆ ਕੇ ਦੱਸਿਆ ਉਹਨਾਂ ਦੇ ਇੱਕ ਚੇਲੇ ਨੇ ਉਹਨਾਂ ਨੂੰ ਆ ਕੇ ਦੱਸਿਆ ਕਹਿੰਦਾ ਜੀ ਫਲਾਣੇ ਫਲਾਣੇ ਦੋ ਬੰਦੇ ਨੇ ਉਹ ਆਪਣੇ ਯਤਨਾਂ ਦੇ ਨਾਲ ਕੁੱਤਾ ਤੇ ਗਾਂ ਕਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਦੋ ਬੰਦੇ ਨੇ ਜੀ ਕਹਿੰਦਾ ਕੁੱਤਾ ਤੇ ਕਾਂ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੀ ਇਸ ਜ਼ਿੰਦਗੀ ਦਾ ਪਿੱਛੋਂ ਕੀ ਬਣੇਗਾ ਵੀ ਜੇ ਉਹ ਕੁੱਤਾ ਤੇ ਕਾਂ ਬਣ ਗਏ ਉਹਨਾਂ ਦੀ ਇਹ ਮਨੁੱਖੀ ਜ਼ਿੰਦਗੀ ਦਾ ਕੀ ਬਣੇਗਾ ਤਾਂ ਮਹਾਤਮਾ ਜੀ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਜਾਂ ਤਾਂ ਇਹ ਦੋਵੇਂ ਬੰਦੇ ਕੁੱਤੇ ਤੇ ਕਾਂ ਦੀ ਜੂਨ ਵਿੱਚ ਪਾ ਦਿੱਤੇ ਜਾਣਗੇ ਜਾਂ ਫਿਰ ਬੰਦੇ ਦੀ ਜੂਨ ਨੂੰ ਖੇ ਖਰਾਬ ਕਰਨ ਕਰਕੇ ਨਰਕਾਂ ਦੇ ਭਾਗੀ ਹੋਣਗੇ ਮਹਾਤਮਾ ਬੁੱਧ ਦੇ ਇੱਕ ਚੇਲਾ ਸੀ ਜਿਹਦਾ ਨਾਮ ਹੈ ਪੁੱਟਾ ਇੱਕ ਦਿਨ ਮਹਾਤਮਾ ਜੀ ਦੀ ਉਸਤਤੀ ਕਰਦਾ ਹੋਇਆ ਕਹਿਣ ਲੱਗਾ ਕਹਿੰਦਾ ਮੈਂ ਸਮਝਦਾ ਜੀ ਕਿ ਸਾਰੇ ਸੰਸਾਰ ਵਿੱਚ ਤੁਹਾਡੇ ਤੋਂ ਵੱਡਾ ਬੁੱਧ ਨਾ ਕਦੇ ਹੋਇਆ ਤੇ ਨਾ ਹੀ ਕਦੇ ਹੋਵੇਗਾ ਤਾਂ ਉਹਨਾਂ ਦਾ ਚੇਲਾ ਕਹਿ ਰਿਹਾ ਸੀ ਜੀ ਕਹਿੰਦਾ ਮੈਂ ਸਮਝਦਾ ਕਿ ਤੁਹਾਡੇ ਤੋਂ ਵੱਡਾ ਬੁੱਧ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ ਤਾਂ ਮਹਾਤਮਾ ਜੀ ਮੁਸਕਰਾ ਕੇ ਕਹਿਣ ਲੱਗੇ ਕਹਿੰਦੇ ਸ਼੍ਰੀ ਪੁੱਟਾ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਹੁਣ ਤੱਕ ਹੋ ਚੁੱਕੇ ਬੁੱਧਾਂ ਜਿਨ੍ਹਾਂ ਵੀ ਬੁੱਧ ਹੁਣ ਤੱਕ ਹੋ ਚੁੱਕੇ ਨੇ ਉਹਨਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਪੂਰਾ ਪੂਰਾ ਗਿਆਨ ਹੈ ਨਾ ਤਾਂ ਹੀ ਉਹਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਤਾਂ ਪੁੱਟਾ ਕਹਿਣ ਲੱਗਾ ਨਹੀਂ ਮਹਾਰਾਜ ਐਸੀ ਤਾਂ ਕੋਈ ਗੱਲ ਨਹੀਂ ਫਿਰ ਮਹਾਤਮਾ ਬੁੱਧ ਕਹਿਣ ਲੱਗੇ ਜਿਹੜੇ ਬੁੱਧ ਅੱਗੋਂ ਪੈਦਾ ਹੋਣਗੇ ਸ਼ਾਇਦ ਤੁਹਾਨੂੰ ਉਹਨਾਂ ਬਾਰੇ ਪਹਿਲਾਂ ਹੀ ਗਿਆਨ ਹੋ ਚੁੱਕਿਆ ਜਾਪਦਾ ਤਾਂ ਉਹ ਬੰਦੂ ਪੁੱਟਾ ਨੀਵੀਂ ਪਾ ਕੇ ਕਹਿਣ ਲੱਗਾ ਕਹਿੰਦਾ ਨਹੀਂ ਜੀ ਬਿਲਕੁਲ ਨਹੀਂ ਤਾਂ ਮਹਾਤਮਾ ਬੁੱਧ ਜੀ ਅੱਗੇ ਚੱਲ ਕੇ ਕਹਿਣ ਲੱਗੇ ਹੋਰ ਨਹੀਂ ਤਾਂ ਤੂੰ ਘਟੋ ਘਟ ਮੇਰੇ ਰੋਮ ਰੋਮ ਦੇ ਹਰ ਵਿਚਾਰ ਤੋਂ ਪਲੀ ਪ੍ਰਕਾਰ ਜਾਣੂ ਹੈ ਇਸ ਬਾਰੇ ਅ타 ਗਿਆਨ ਰੱਖਦਾ ਹੈ ਕਹਿੰਦਾ ਨਹੀਂ ਹਜੂਰ ਇਹ ਗੱਲ ਨਹੀਂ ਹੈਗੀ ਤਾਂ ਮਹਾਤਮਾ ਬੁੱਧ ਹੱਸਦੇ ਹੋਏ ਕਹਿਣ ਲੱਗੇ ਕਹਿੰਦੇ ਆਦਮੀ ਨੂੰ ਐਡੀ ਕੋ ਪਾੜੀ ਹੀ ਮਾਰਨੀ ਚਾਹੀਦੀ ਹੈ ਜਿੱੱਡੂ ਕੋ ਦੀ ਸੂਜ ਬੂਜ ਆ ਗਿਆ ਦੇਵੇ ਤੂੰ ਤਾਂ ਪਹਿਲਾਂ ਵਾਲੇ ਬੁੱਧਾਂ ਬਾਰੇ ਤੇ ਆਉਣ ਵਾਲੇ ਬੁੱਧਾਂ ਬਾਰੇ ਇਸ ਤਰ੍ਹਾਂ ਕਹਿ ਰਿਹਾ ਜਿਸ ਤਰ੍ਹਾਂ ਤੂੰ ਉਹਨਾਂ ਦੀ ਜ਼ਿੰਦਗੀ ਤੋਂ ਭਲੀ ਭਾਂਤ ਜਾਣੂ ਹੋਵੇਂ ਤੇ ਪੂਰਾ ਪੂਰਾ ਗਿਆਨ ਰੱਖਦਾ ਹੋਵੇਂ ਤਾਂ ਕਹਿੰਦੇ ਇਹ ਬੇਬੁਨਿਆਦ ਗੱਲਾਂ ਦਾ ਕੋਈ ਲਾਭ ਨਹੀਂ ਹੈ ਇੱਕ ਦਿਨ ਮਹਾਤਮਾ ਬੁੱਧ ਜੀ ਗਜਾ ਕਰਨ ਗਏ ਸੀ ਗਜਾ ਜੀ ਗੱਜ ਕੇ ਉੱਚੇ ਸੁਰ ਦੇ ਵਿੱਚ ਭਿਖਿਆ ਮੰਗਣੀ ਤਾਂ ਇੱਕ ਦਿਨ ਜਦੋਂ ਮਹਾਤਮਾ ਬੁੱਧ ਗਜਾ ਕਰਨ ਗਏ ਉਹ ਇਹੋ ਜਿਹੇ ਘਰ ਚਲੇ ਗਏ ਜਿਹੜੇ ਉਸਨ ਉਹਨਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦਾ ਸੀ ਗਜਾ ਕਰਦੇ ਕਰਦੇ ਇੱਕ ਅਜਿਹੇ ਘਰ ਪਹੁੰਚੇ ਉਹ ਉਹ ਪਰਿਵਾਰ ਦੇ ਮੈਂਬਰ ਮਹਾਤਮਾ ਬੁੱਧ ਨੂੰ ਘਿਰਣਾ ਦੀ ਨਜ਼ਰ ਦੇ ਨਾਲ ਦੇਖਦੇ ਸੀ ਨਫ਼ਰਤ ਦੀ ਨਜ਼ਰ ਦੇ ਨਾਲ ਦੇਖਦੇ ਸੀ ਉਸ ਘਰ ਵਾਲੇ ਨੇ ਗਜਾ ਪਾਉਣ ਦੀ ਥਾਂ ਮਹਾਤਮਾ ਬੁੱਧ ਨੂੰ ਗਾਲਾਂ ਕੱਢ ਦਿੱਤੀਆਂ ਤਮ ਮਹਾਤਮਾ ਬੁੱਧ ਗੁੱਸਾ ਕਰਨ ਦੀ ਥਾਂ ਹੱਸ ਕੇ ਕਹਿਣ ਲੱਗੇ ਕਹਿੰਦੇ ਦੋਸਤ ਜੇ ਕੋਈ ਕਿਸੇ ਨੂੰ ਦਕਸ਼ਨਾ ਦੇਵੇ ਪਰ ਅਗਲੇ ਪਾਸਿਓਂ ਦਕਸ਼ਨਾ ਲੈਣ ਵਾਲਾ ਨਾ ਕਰ ਦੇਵੇ ਤਾਂ ਦਕਸ਼ਨਾ ਵਾਲੇ ਮਾਲ ਤੇ ਕਿਸ ਦਾ ਹੱਕ ਹੋਇਆ ਪਬ ਜੇ ਕੋਈ ਚੀਜ਼ ਦੇਵੇ ਕਿਸੇ ਨੂੰ ਸਾਹਮਣੇ ਵਾਲਾ ਨਾ ਲਵੇ ਤਾਂ ਉਹ ਚੀਜ਼ ਦੇ ਉੱਪਰ ਕਿਸ ਦਾ ਹੱਕ ਹੋਇਆ ਤਦ ਘਰ ਵਾਲਾ ਕਹਿਣ ਲੱਗਾ ਕਹਿੰਦਾ ਜੀ ਦਕਸ਼ਨਾ ਦੇਣ ਵਾਲੇ ਦਾ ਤਾਂ ਮਹਾਤਮਾ ਬੁੱਧ ਕਹਿਣ ਲੱਗੇ ਕਹਿੰਦੇ ਚੰਗਾ ਫਿਰ ਤੇਰੇ ਵੱਲੋਂ ਦਿੱਤੀਆਂ ਗਈਆਂ ਗਾਲਾਂ ਮੈਂ ਵਸੂਲ ਕਰਨ ਲਈ ਤਿਆਰ ਨਹੀਂ ਹਾਂ ਇਹ ਆਪਣਾ ਕੀਮਤੀ ਮਾਲ ਤੂੰ ਆਪਣੇ ਹੀ ਪਾਸ ਰੱਖ ਮੈਨੂੰ ਤਾਂ ਕੇਵਲ ਇੰਨਾ ਅਫਸੋਸ ਹੈ ਕਿ ਮੈਂ ਅੱਗੇ ਨਾਲੋਂ ਹੋਰ ਗਰੀਬ ਹੋ ਗਿਆ ਕਿਉਂਕਿ ਮੈਨੂੰ ਤੇਰੇ ਵਰਗਾ ਇੱਕ ਕੀਮਤੀ ਦੋਸਤ ਛੱਡਣਾ ਪੈ ਰਿਹਾ ਅੱਗੇ ਗੱਲ ਕਰਦੇ ਹਾਂ ਜੀ ਇੱਕ ਦਿਨ ਮਹਾਤਮਾ ਬੁੱਧ ਕਥਾ ਕਰਦੇ ਹੋਏ ਆਪਣੇ ਸਾਥੀਆਂ ਨੂੰ ਕਹਿਣ ਲੱਗੇ ਕਿ ਜ਼ਿੰਦਗੀ ਬੇਸ਼ਰਮ ਲੜਾਕੇ ਸ਼ਰਾਰਤੀ ਅਤੇ ਬੇਲੜ ਲੋਕਾਂ ਲਈ ਗੁਜ਼ਾਰਨੀ ਬਹੁਤ ਹੀ ਸੋਖੀ ਹੈ ਹਾਂਜੀ ਵੈਰੀ ਇੰਪੋਰਟੈਂਟ ਪ੍ਰਸ਼ਨ ਬਣਦੇ ਨੇ ਜਿਹਦੇ ਵਿੱਚੋਂ ਵੀ ਧਿਆਨ ਰੱਖਿਓ ਕਿ ਜਿਹੜੇ ਲੋਕ ਬੇਸ਼ਰਮ ਨੇ ਲੜਾਕੇ ਨੇ ਸ਼ਰਾਰਤੀ ਨੇ ਬੇਲੜ ਨੇ ਜ਼ਿੰਦਗੀ ਗੁਜ਼ਾਰਨੀ ਉਹਨਾਂ ਦੇ ਲਈ ਬਹੁਤ ਸੋਖੀ ਹੈ ਪਰ ਜਿਹੜੇ ਲੋਕ ਇਮਾਨਦਾਰ ਨੇ ਨੇਕ ਨiyet ਰੱਖਦੇ ਨੇ ਸੱਚੇ ਦਿਲ ਵਾਲੇ ਨੇ ਸਰਬੱਤ ਦੇ ਭਲੇ ਨੂੰ ਸਾਹਮਣੇ ਰੱਖ ਕੇ ਸੰਗਰਾਮ ਕਰਦੇ ਨੇ ਉਹਨਾਂ ਲਈ ਜ਼ਿੰਦਗੀ ਗੁਜ਼ਾਰਨੀ ਔਖੀ ਹੈ ਪਰ ਜੋ ਸੁਆਦ ਈਮਾਨਦਾਰ ਲੋਕਾਂ ਨੂੰ ਨੇਕ ਨiyet ਲੋਕਾਂ ਨੂੰ ਪ੍ਰਾਪਤ ਹੁੰਦਾ ਕਹਿੰਦੇ ਉਹ ਲੁੱਟ ਖਸੁੱਟ ਕਰਨ ਵਾਲਿਆਂ ਨੂੰ ਪ੍ਰਾਪਤ ਨਹੀਂ ਹੁੰਦਾ ਤਾਂ ਜਿਹੜੇ ਲੋਕ ਉਸ ਸਮੇਂ ਲੰਬੇ ਲੰਬੇ ਵੱਡੇ ਵੱਡੇ ਭਾਸ਼ਣ ਦਿੰਦੇ ਸੀ ਉਹਨਾਂ ਬਾਰੇ ਮਹਾਤਮਾ ਬੁੱਧ ਜੀ ਕਿਹਾ ਕਰਦੇ ਸੀ ਕਹਿੰਦੇ ਅਕਲਮੰਦੀ ਨਾਲ ਕਿਹਾ ਇੱਕ ਸ਼ਬਦ ਅਕਲਮੰਦੀ ਨਾਲ ਕਿਹਾ ਇੱਕ ਸ਼ਬਦ ਘੰਟਿਆਂ ਵੱਧੀ ਦਿੱਤੇ ਫਜ਼ੂਲ ਭਾਸ਼ਣ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਇਸੇ ਤਰ੍ਹਾਂ ਉਹ ਅੱਗੇ ਚੱਲ ਕੇ ਕਹਿੰਦੇ ਨੇ ਕਿ ਨੇਕ ਤੇ ਪਵਿੱਤਰ ਪੁਰਸ਼ ਦੀ ਜ਼ਿੰਦਗੀ ਦਾ ਇੱਕ ਦਿਨ ਮੂਰਖ ਬੰਦੇ ਦੀ ਹਜ਼ਾਰਾਂ ਸਾਲਾਂ ਦੀ ਜ਼ਿੰਦਗੀ ਨਾਲੋਂ ਵਧੀਆ ਹੁੰਦਾ ਹੈ ਜਿਹੜੇ ਬੰਦੇ ਬਹੁਤਾ ਬੋਲਦੇ ਨੇ ਉਹਨਾਂ ਨੂੰ ਬਹੁਤ ਵੱਡਾ ਵਿਦਵਾਨ ਨਹੀਂ ਸਮਝ ਲੈਣਾ ਚਾਹੀਦਾ ਜਿਹੜੇ ਭਗਵੇਂ ਲੀੜੇ ਪਾਈ ਫਿਰਦੇ ਹੋਣ ਜਿਹੜੇ ਭਗਵੇਂ ਰੰਗ ਦੇ ਗੇਰੂ ਰੰਗ ਦੇ ਕੱਪੜੇ ਪਾਈ ਫਿਰਦੇ ਹੋਣ ਜ਼ਰੂਰੀ ਨਹੀਂ ਹੁੰਦਾ ਕਿ ਉਹ ਸੰਤ ਹੋਣ ਫਿਰ ਅੱਗੇ ਚੱਲ ਕੇ ਮਹਾਤਮਾ ਜੀ ਫਰਮਾਉਂਦੇ ਨੇ ਕਹਿੰਦੇ ਉਸ ਬੰਦੇ ਲਈ ਰਾਤ ਬੜੀ ਲੰਬੀ ਹੋ ਜਾਂਦੀ ਹੈ ਜਿਸ ਨੂੰ ਜਾਗ ਨਾ ਪਵੇ ਉਸ ਨੂੰ ਆਪਣਾ ਪੈਂਡਾ ਹੋਰ ਵੀ ਲੰਮਾ ਲੱਗਦਾ ਆਪਣਾ ਰਸਤਾ ਹੋਰ ਵੀ ਲੰਮਾ ਲੱਗਦਾ ਹੈ ਜਿਹੜਾ ਬੰਦਾ ਥੱਕਿਆ ਟੁੱਟਿਆ ਹੋਵੇ ਤੇ ਸਭ ਤੋਂ ਬੇਅਰਥ ਜ਼ਿੰਦਗੀ ਉਸ ਬੰਦੇ ਦੀ ਹੋ ਜਾਂਦੀ ਹੈ ਜਿਹੜਾ ਮੂਰਖ ਹੋਵੇ ਕੁਦਰਤ ਤੇ ਇਨਸਾਨ ਨੇ ਇਨਸਾਨ ਦੇ ਕਾਨੂੰਨਾਂ ਤੋਂ ਹਰ ਤਰ੍ਹਾਂ ਨਾਲ ਅਨਜਾਨ ਹੋਵੇ ਇਸ ਲਈ ਕਿਸੇ ਮੂਰਖ ਨਾਲ ਸਾਥ ਨਿਭਾਉਣ ਨਾਲੋਂ ਇਕੱਲੇ ਰਹਿਣਾ ਕਿਤੇ ਚੰਗਾ ਹੁੰਦਾ ਜਿਸ ਮੂਰਖ ਨੂੰ ਆਪਣੀ ਅਗਿਆਨਤਾ ਦਾ ਗਿਆਨ ਹੋ ਜੇ ਉਹ ਸਿਆਣਾ ਗਿਨਿਆ ਜਾਵੇਗਾ ਪਰ ਜਿਹੜਾ ਆਪਣੇ ਆਪ ਨੂੰ ਮੱਲੋ-ਮੱਲੀ ਸਿਆਣਾ ਸਮਝਦਾ ਫਿਰੇ ਉਹ ਅਸਲ ਦੇ ਵਿੱਚ ਵੱਡਾ ਮੂਰਖ ਹੁੰਦਾ ਹੈ ਜਿਹੜੇ ਬੰਦੇ ਘੱਟ ਗਿਆਨ ਪ੍ਰਾਪਤ ਕਰਦੇ ਨੇ ਉਹ ਸਾਰੀ ਉਮਰ ਢੱਗਿਆਂ ਵਰਗੇ ਹੁੰਦੇ ਨੇ ਢੱਗਿਆਂ ਤੋਂ ਭਾਵ ਹੈ ਜੀ ਪਸ਼ੂਆਂ ਵਰਗੇ ਜਾਂ ਡੰਗਰਾਂ ਵਰਗੇ ਹੁੰਦੇ ਨੇ ਉਂਝ ਭਾਵੇਂ ਉਹ ਉਮਰ ਦੇ ਲਿਹਾਜ਼ ਨਾਲ ਕਿੰਨੇ ਵੀ ਵੱਡੇ ਹੋ ਜਾਣ ਤਾਂ ਮਹਾਤਮਾ ਜੀ ਇੱਕ ਦਿਨ ਕਹਿਣ ਲੱਗੇ ਕਿ ਮਾੜੇ ਬੰਦੇ ਦੀ ਦੋਸਤੀ ਕਰਨਾ ਤੇ ਚੰਗੇ ਬੰਦੇ ਨਾਲ ਦੁਸ਼ਮਣੀ ਕਰਨਾ ਇਹ ਜ਼ਿੰਦਗੀ ਦੀਆਂ ਮੁਸੀਬਤਾਂ ਦੇ ਵਿੱਚ ਵਾਧਾ ਕਰਦੀ ਹੈ ਕਿਹੜੀ ਚੀਜ਼ ਹੈ ਜੀ ਜ਼ਿੰਦਗੀ ਦੀਆਂ ਮੁਸੀਬਤਾਂ ਦੇ ਵਿੱਚ ਵਾਧਾ ਕਰਦੀ ਹੈ ਮਾੜੇ ਬੰਦੇ ਨਾਲ ਦੋਸਤੀ ਤੇ ਚੰਗੇ ਬੰਦੇ ਨਾਲ ਵੈਰ ਜਿਹੜੇ ਬੰਦੇ ਆਪਣੇ ਧਨ ਦੀਆਂ ਕੇਵਲ ਨਿੱਜੀ ਖੁਸ਼ੀਆਂ ਲਈ ਵਰਤੋਂ ਕਰਦੇ ਨੇ ਕਿਸੇ ਹੋਰ ਦੇ ਮੂੰਹ ਵਿੱਚ ਇੱਕ ਗਰਾਹੀ ਪਾਉਣਾ ਇੱਕ ਬੁਰਕੀ ਪਾਉਣਾ ਪਾਪ ਸਮਝਦੇ ਨੇ ਉਹ ਧਨ ਦੀ ਢੇਰੀ ਤੇ ਬੈਠੇ ਜ਼ਹਿਰੀਲੇ ਸੱਪਾਂ ਵਰਗੇ ਹੁੰਦੇ ਨੇ ਜੇ ਕੋਈ ਮੂਰਖ ਜਾਂ ਅਕ੍ਰਿਤ ਕਰਨ ਬੰਦਾ ਪੁੱਠੇ ਸਿੱਧੇ ਢੰਗ ਨਾਲ ਰਾਜ ਤਖਤ ਤੇ ਜਾ ਬਿਰਾਜੇ ਕਹਿੰਦੇ ਜੇ ਕੋਈ ਮੂਰਖ ਬੰਦਾ ਅਕ੍ਰਿਤਕਾਨ ਬੰਦਾ ਕਿਸੇ ਵੀ ਢੰਗ ਦੇ ਨਾਲ ਪੁੱਠੇ ਸਿੱਧੇ ਢੰਗ ਦੇ ਨਾਲ ਤਖਤ ਦੇ ਉੱਪਰ ਰਾਜ ਤਖਤ ਦੇ ਉੱਪਰ ਜਾ ਪਹੁੰਚੇ ਤਾਂ ਜਿੰਨੀਆਂ ਮੁਸੀਬਤਾਂ ਉਹ ਲੋਕਾਂ ਲਈ ਵਧਾਉਂਦਾ ਓਨੀਆਂ ਸ਼ਾਇਦ ਕੋਈ ਹੋਰ ਨਾ ਵਧਾਉਂਦਾ ਹੋਵੇ ਹਰ ਬੰਦੇ ਦੇ ਮੂੰਹ ਵਿੱਚ ਜੀਬ ਦੀ ਥਾਂ ਕੁਹਾੜੀ ਰੱਖੀ ਹੁੰਦੀ ਹੈ ਜਦੋਂ ਇਹ ਕੁਹਾੜੀ ਮਾੜੇ ਸ਼ਬਦ ਬੋਲਦੀ ਹੈ ਤਾਂ ਉਹ ਉਸ ਦੀ ਸ਼ਾਹ ਰਗ ਨੂੰ ਵੱਢ ਸੁੱਟਦੀ ਹੈ ਮੇਨ ਰਗ ਹੈ ਜੋ ਉਹ ਦੀ ਉਹਨੂੰ ਵੱਢ ਸੁੱਟਦੀ ਹੈ ਇਸ ਲਈ ਮੂੰਹ ਵਿੱਚ ਰੱਖੀ ਕੁਹਾੜੀ ਤੋਂ ਸਦਾ ਬਚ ਕੇ ਰਹਿਣਾ ਚੰਦਾ ଏਸੀ ਜੀ ਵਿਚਾਰ ਗੁਰਨਾਮ ਸਿੰਘ ਤੀਰ ਦੇ ਮਹਾਤਮਾ ਬੁੱਧ ਦੀਆਂ ਸੁਖਮਤਾਈਆਂ ਦੇ ਵਿੱਚ ਵਿੰਗਾਤਮਕ ਸ਼ੈਲੀ ਦੇ ਵਿੱਚ ਇਸ ਲੇਖ ਦੀ ਰਚਨਾ ਕੀਤੀ ਗਈ ਹੈ ਤੇ ਨਾਲ ਦੀ ਨਾਲ ਬਹੁਤ ਵਧੀਆ-ਵਧੀਆ ਸੰਦੇਸ਼ ਨੇ ਜੋ ਇਸ ਪਾਠ ਦੇ ਵਿੱਚ ਲੇਖਕ ਦੇ ਵੱਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਦੋਸਤਾਂ ਦੇ ਨਾਲ ਸ਼ੇਅਰ ਕਰੋ।